ਅਸਲਾਮ ਵਾਲੇਕਮ ਦੋਸਤੋ ਅੱਜ ਦੀ ਵੀਡੀਓ ਦਾ ਆਗਾਜ਼ ਕਰਨਿਆ ਇਸ ਟਾਈਮ ਤਕਰੀਬਨ 3:05 ਦਾ ਟਾਈਮ ਹੋ ਗਿਆ ਤੇ ਮੈਂ ਸਵੇਰ ਦਾ ਪਹਿਲੋ ਤੇ ਝੋਨਾ ਨੂੰ ਝੋਨੇ ਨੂੰ ਝੰਬਿਆ ਚੰਗੇ ਤਰੀਕੇ ਨਾਲ ਝੰਬ ਕੇ ਲੈ ਕੇ ਆ ਤੇ ਫਿਰ ਦੋਸਤ ਹੈਗਾ ਸੀ ਉਹਨੇ ਫੋਨ ਕੀਤਾ ਉਹਨੇ ਕਿਹਾ ਕਿ ਭਾਈ ਆਪਾਂ ਨਾ ਮੈਚ ਵੇਖਣ ਚੱਲਨੇ ਆ ਖੇਡਣ ਆਸੀਂ ਇੱਥੋਂ ਨਿਕਲੇ ਮੋਟਰਸਾਈਕਲ ਤੇ ਚਾਰ ਜਣੇ ਬੈਠੇ ਮੋਟਰਸਾਈਕਲ ਤੇ ਅਸੀਂ ਚਲੇ ਗਏ ਗਰਾਊਂਡ ਦੇ ਵਿੱਚ ਗਰਾਊਂਡ ਦੇ ਵਿੱਚ ਗਏ ਆ ਤੇ ਉੱਥੋਂ ਜਿਹੜਾ ਨਾ ਪ੍ਰੈਕਟਿਸ ਕੀਤੀ ਪ੍ਰੈਕਟਿਸ ਕਰਨ ਤੋਂ ਬਾਅਦ ਵਾਪਸ ਆਏ ਆ ਸਾਡੇ ਪਿੰਡ ਦੇ ਨਾਲ ਇੱਕ ਪਿੰਡ ਆ ਉੱਥੇ ਮੈਚ ਹੋ ਰਿਹਾ ਸੀ ਉੱਥੇ ਸ਼ੋਗਲ ਮੇਲਾ ਬਹੁਤ ਜ਼ਿਆਦਾ ਲਾਇਆ ਤੇ ਕੋਸ਼ਿਸ਼ ਮੈਂ ਕੀਤੀ ਵੀਡੀਓ ਬਣਾਉਣ ਦੀ ਫਿਰ ਬੈਠਾ ਕਿ ਨਹੀਂ ਯਾਰ ਰਹਿਣ ਦੀ ਮੇਰੇ ਵੀਡੀਓ ਬਣਾਉਣ ਦਾ ਮਕਸਦ ਇਹ ਸੀ ਕਿ ਮੈਂ ਜਿਹੜਾ ਨਾ ਅੱਜ ਕੱਲ ਜਿਹੜਾ ਕੰਮ ਕਰ ਰਿਹਾ ਮੈਂ ਤੁਹਾਨੂੰ ਇਹਦੇ ਬਾਰੇ ਦੱਸਾਂ ਦਾ ਐ ਝੋਨਾ ਜਿਹੜਾ ਸੁਪਰ ਦਾ ਸੁਪਰ ਦਾ ਜਿਹੜਾ ਝੋਨਾ ਹੈ ਇਹਦਾ ਪਹਿਲੋ ਰੇਟ ਹੈਗਾ ਸੀ 500 ਰੁਪਏ ਕਿਸਾਨਾਂ ਵਾਸਤੇ ਬੜਾ ਫਾਇਦਾ ਸੀ ਦਾ ਇਸ ਟਾਈਮ ਜਿਹੜਾ ਰੇਟ ਚੱਲ ਰਿਹਾ 1700 ਤੇ 50 ਰੁਪਏ ਚੱਲਦਾ ਪਿਆ ਚੋਨਾ ਅਨਕريب 2-4 ਦਿਨ ਹੋਰ ਲੱਗਣਗੇ ਐ ਸਾਰਾ ਵੱਡਿਆ ਜਾਏਗਾ ਝੰਬਿਆ ਜਾਏਗਾ ਸਵੇਰਾ ਜਿਹੜਾ ਨਾ ਚੋਨਾ ਵੱਡਣ ਦਾ ਮਜ਼ਾ ਵੀ ਆਉਂਦਾ ਹੈ ਔਰ ਐਕਸਰਸਾਈਜ਼ ਜਿਹੜੀ ਹੈ ਉਹ ਵੀ ਹੋ ਜਾਂਦੀ ਹੈ ਬਾਹ ਨੂੰ ਤੋਲਿਆਣਾ ਚੋਨਾ ਕਮਾਉਣਾ ਤੇ ਬੜਾ ਮਜ਼ਾ ਜਾਂਦਾ ਤੇ ਜਿਸ ਤਰ੍ਹਾਂ ਕਿਸਾਨ ਮਿਹਨਤ ਕਰਦਾ ਹੈ ਨਾ ਉਹਨੂੰ ਉਹਦਾ ਮਿਹਨਤ ਦਾ ਫਲ ਨਹੀਂ ਮਿਲਦਾ ਪਿਆ ਔਰ ਜਿਹੜੀ ਆ ਮਹਾਰੀ ਗਵਰਨਮੈਂਟ ਏ ਖਾਸ ਕਰਕੇ ਉਹਨੂੰ ਸੋਚਣਾ ਚਾਹੀਦਾ ਕਿ ਮੈਂ ಏਕੀ ਕਰਨੀ ਪਈ ਠੀਕ ਹੈ ਕਿਸਾਨ ਜਿਹੜੇ ਨੈਕਸਟ ਟਾਈਮ ਸ਼ਾਇਦ ਤੁਸੀਂ ਟੀਵੀ ਤੇ ਕੱਲ ਦੀ ਖਬਰ ਚੱਲਦੀ ਪਈ ਸੀ ਕਿਸਾਨਾਂ ਤੇ ਬਹੁਤ ਤਸ਼ੱਦਦ ਹੋਇਆ ਹੈ ਠੀਕ ਹੈ ਗੁੰਡਾਗਰਦੀ ਕੀਤੀ ਉਹਨਾਂ ਤੇ ਪੁਲਿਸ ਗਈ ਜਿਹੜੀ ਉਹਨਾਂ ਗੁੰਡਾਗਰਦੀ ਕੀਤੀ ਹੁੰਦੇ ਤੇ ਬੜਾ ਅਫਸੋਸਨਾਕ ਵਾਕਿਆ ਹੈ ਤੇ ਮੈਂ ਗਵਰਨਮੈਂਟ ਤੋਂ ਅਪੀਲ ਹੀ ਕਰਾਂਗਾ ਕਿ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ ਕਿਉਂਕਿ ਉਹ ਸੱਚੇ ਨੇ ਇਸ ਕੰਮ ਤੇ ਕਿ ਜਿਹਨਾਂ ਇਨੀ ਮਿਹਨਤ ਕਰਨੀ ਤੇ ਜੇ ਅਗਰ ਮਿਹਨਤ ਤੋਂ ਬਾਅਦ ਉਹਨਾਂ ਨੂੰ ਫਲ ਨਹੀਂ ਮਿਲਣਾ ਤੇ ਉਹਨਾਂ ਨੂੰ ਫਾਇਦਾ ਕੀ ਹੈ ਕਿਸਾਨਾਂ ਨੂੰ ਠੀਕ ਹੈ ਇਨਾ ਪੈਸਾ ਲਾਇਆ ਇਨਾ ਸਭ ਕੁਝ ਕੀਤਾ ਹੁਣ ਮੈਂ ਤੁਹਾਨੂੰ ਇੱਕ ਚੀਜ਼ ਵਹਾਨਾ ਵਾਂ ਐ ਝੋਨਾ ਜਿਹੜਾ ਕਿੰਨਾ ਡਿੱਗਾ ਪਿਆ ਕੀ ਹਾਲਾਤ ਨੇ ਕੀ ਮਾਮਲਾ ਚੱਲਦੇ ਨੇ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਗੱਲ ਕਰਨ ਆ ਤੁਸੀਂ ਖੁਦ ਵੇਖ ਲਵੋ ਕਿ ਇਹਦੇ ਵਿੱਚ بارشਾਂ ਦਾ ਇਨਾ ਪਾਣੀ ਖੜਾ ਸੀ ਇਸ ਝੋਨੇ ਦੇ ਵਿੱਚ ਉਹ ਝੋਨਾ ਕਿੰਨਾ ਡਿੱਗਾ ਪਿਆ ਔਰ ਐ ਸਾਈਡ ਤੇ ਝੋਨਾ ਕਿੰਨਾ ਡਿੱਗਾ ਪਿਆ ਕਿੰਨਾ ਝੜ ਗਿਆ ਝੋਨਾ ਠੀਕ ਹੈ ਕਿਸਾਨ ਨੂੰ ਤਾਂ ਕੀ ਫਾਇਦਾ ਇਹਦਾ ਇਹਨੂੰ ਨੁਕਸਾਨ ਹੈ ਠੀਕ ਹੈ ਲਾਸ ਹੋਏਗਾ ਇਹਦਾ ਇਸ ਚੀ ਦਾ ਔਰ ਨੁਕਸਾਨ ਇਸ ਚੀ ਦਾ ਕੀ ਹੈ ਜਿੰਨਾ ਪਾਣੀ ਖੜਾ ਰਹੇਗਾ ਇਹਦੇ ਪੱਕਾ ਤਾਂ ਕੀ ਮੈਂ ਥੋੜਾ ਜ਼ੂਮ ਕਰਕੇ ਤੁਹਾਨੂੰ ਕੈਮਰਾ ਬੁਹਾ ਦਿਆਂ ਇਹ ਚੋਨਾ ਤੁਸੀਂ ਵੇਖ ਸਕਦੇ ਜੇ ਕਿੰਨਾ ਡਿੱਗਾ ਪਿਆ ਇਹ ਨੁਕਸਾਨ ਨਹੀਂ ਤੇ ਹੋ ਰਿਹਾ ਕੀ ਇਹ ਸੁਪਰ ਦਾ ਚੋਨਾ ਹੈ ਠੀਕ ਹੈ ਔਰ ਇੰਨੀ ਜਗ੍ਹਾ ਵਡਣ ਦੇ ਨਾਲ ਇਹ ਜਗ੍ਹਾ ਤੁਸੀਂ ਵੇਖ ਲਓ ਖੁਦ ਹੀ ਆਪ ਹੀ ਅੰਦਾਜ਼ਾ ਕਰ ਲਓ ਕਿ ਡੇੜਵਾਂ ਝੋਨਾ ਨਹੀਂ ਨਿਕਲਿਆ ਡੇੜ ਮਾਣਾ ਝੋਨਾ ਨਹੀਂ ਨਿਕਲਿਆ ਇੰਨੀ ਕੁ ਢੇਰੀ ਲੱਗੀ ਪਈ ਏ ਉਹਦੇ ਉੱਤੇ ਤਰਪੈਲ ਪਾਇਆ ਤਰਪੈਲ ਇਸ ਵੇਲੇ ਤਾਂ ਪਾਇਆ ਕਿ ਕੋਈ ਕਿਸੇ ਕਿਸਮ ਦਾ ਜਿਹੜਾ ਨਾ ਜਾਨਵਰ ਨਾ ਖਾਵੇ ਹੁਣ ਐ ਸਾਈਡ ਤੇ ਮੈਂ ਤੁਹਾਨੂੰ ਵਾਹ ਦੇਣਾ ਐ ਸਾਈਡ ਤੇ ਤੁਸੀਂ ਇਹ ਝੋਨਾ ਵੇਖ ਲਓ ਐ ਵੀ ਡਿੱਗਾ ਪਿਆ ਐ ਸਾਈਡ ਤੇ ਝੋਨਾ ਐ ਵੀ ਡਿੱਗਾ ਪਿਆ ਔਰ ਔ ਸਾਈਡ ਤੇ ਵੀ ਝੋਨਾ ਡਿੱਗਾ ਪਿਆ ਤਕਰੀਬਨ ਐ ਸਾਈਡ ਤੇ ਝੋਨਾ ਡਿੱਗਾ ਪਿਆ ਮੇਰੇ ਕਹਿੰਦਾ ਮਕਸਦ ਹੋਰ ਗੱਲ ਕਰਨ ਦਾ ਮਕਸਦ ਇਹ ਸੀ ਕਿ ਕਿਸਾਨ ਕਿਸ ਪਾਸੇ ਜਾਵੇ ਕਿਸਾਨ ਕਿਸ ਪਾਸੇ ਜਾਵੇ ਠੀਕ ਜੇ ਤੇ ਅਗਰ ਉਹ ਮਿਹਨਤ ਕਰਦਾ ਹੈ ਅਗਰ ਉਹ ਮਿਹਨਤ ਦਾ ਪਹਿਲੇ ਤੇ ਫਲ ਨਹੀਂ ਮਿਲਦਾ ਉਹ ਝੋਨਾ ਜਿਹੜਾ ਹਰ ਸੀਜ਼ਨ ਦੇ ਵਿੱਚ 52600 ਰੁਪਏ ਤੱਕ ਮੰਨ ਰਿਹਾ ਹੈ ਤੇ ਇਸ ਟਾਈਮ ਝੋਨਾ 1700 ਰੁਪਏ ਮੰਨ ਰਿਹਾ ਹੈ ਔਰ ਖਾਸ ਕਰਕੇ ਇਸ ਗਵਰਨਮੈਂਟ ਦੇ ਜਿਹੜੇ ਨਾ ਸਤਾਏ ਜਿਹੜੀ ਆਵਾਮ ਹੈ ਨਾ ਗਵਰਨਮੈਂਟ ਦੇ ਉਹ ਹਜੇ ਤੱਕ ਉਹ ਤਾਂ ਉੱਠਿਆ ਨਹੀਂ ਜਾਂਦਾ ਪਿਆ ਠੀਕ ਹੈ ਤੇ ਉਸ ਤੋਂ ਬਾਅਦ ਇੱਕ ਮੈਂ ਤੁਹਾਡੇ ਨਾਲ ਹੋਰ ਗੱਲ ਕਰਕੇ ਤੇ ਮੈਂ ਤੁਹਾਡੇ ਕੋਲ ਇਜਾਜ਼ਤ ਚਾਹਾਂਗਾ ਇਹ ਤੇ ਬੜੀਆਂ ਗੱਲਾਂ ਹੋ ਗਈਆਂ ਨੇ ਔਰ ਇਹ ਗੱਲਾਂ ਹੁੰਦੀਆਂ ਰਹਿੰਦੀਆਂ ਨੇ ਜ਼ਿੰਦਗੀ ਦੇ ਵਿੱਚ ਮਾਮਲੇ ਤੇ ਕਟਵਾਦ ਹੁੰਦੇ ਰਹਿੰਦੇ ਨੇ ਲੋਸ ਵੀ ਹੁੰਦਾ ਹੈ ਫਾਇਦਾ ਵੀ ਹੁੰਦਾ ਨੁਕਸਾਨ ਵੀ ਹੁੰਦਾ ਫਾਇਦਾ ਵੀ ਹੁੰਦਾ ਠੀਕ ਹੈ। ਔਰ ਸਭ ਤੋਂ ਮਜ਼ੇਦਾਰ ਜਿਹੜੀ ਗੱਲ ਹੈ ਮੈਂ ਤੁਹਾਨੂੰ ਉਹ ਦੱਸਣਾ ਐਤਵਾਰ ਵਾਲੇ ਦਿਨ ਇਨਸ਼ਾਅੱਲਾ ਇਨਸ਼ਾਅੱਲਾ ਅੱਲਾ ਦੇ ਫਜ਼ਲ ਕਰਮ ਦੇ ਨਾਲ 12 ਵਜੇ ਪੂਰੇ ਠੀਕ 12 ਵਜੇ ਸਾਡੇ ਕੋਲ ਇੱਥੇ ਗਰਾਊਂਡ ਦੇ ਵਿੱਚ ਟੂਰਨਾਮੈਂਟ ਹੋ ਰਿਹਾ ਹੈ ਕ੍ਰਿਕਟ ਟੂਰਨਾਮੈਂਟ। ਔਰ ਤਕਰੀਬਨ ਸਾਡੇ ਯੂਸੀ ਦੇ ਵਿੱਚ 20 ਤੋਂ 22 ਟੀਮਾਂ ਹੋਣਗੀਆਂ। ਜਿਨ੍ਹਾਂ ਦੇ ਵਿੱਚੋਂ ਸਾਡੀ ਟੀਮ ਵੀ ਹੋएगी ਔਰ ਜਿਹੜੇ ਇੱਥੇ ਖਿਡਾਰੀ ਆ ਰਹੇ ਨੇ ইমরান ਜੀ ਆ ਰਹੇ ਆ ਮੁਹੰਮਦ ਯੂਸਫ ਆ ਰਹੇ ਆ ਔਰ ਅਬਦੁਰਜ਼ਾਕ ਆ ਰਹੇ ਆ ਔਰ ਅਕਮਲ ਬਰਾਦਰਾਂ ਦੇ ਵਿੱਚੋਂ ਇੱਕ ਬੰਦਾ ਆ ਰਿਹਾ ਇੱਕ ਆਜਣ ਦੋ ਆਜਣ ਇਨਵਾਈਟ ਕੀਤਾ ਉਹਨਾਂ ਨੂੰ ਮੇਰੇ ਕਹਿਣ ਦਾ ਮਕਸਦ ਸੀ ਕਿ ਸਾਡੇ ਗਰਾਊਂਡਾਂ ਦੇ ਵਿੱਚ ਹਰ ਇੱਕ ਬੰਦੇ ਨੂੰ ਦਾਵਤ ਦਿੱਤੀ ਜਾਂਦੀ ਕਿ ਆ ਕੇ ਮੈਚ ਇੰਜੋਏ ਕੀਤੇ ਜਾਣ ਔਰ ਮਜ਼ੇ ਦੀ ਗੱਲ ਇਹ ਆ ਕਿ ਪਹਿਲੀ ਦਫਾ ਜਿਹੜਾ ਨਾ ਐਡਾ ਵੱਡਾ ਟੂਰਨਾਮੈਂਟ ਹੋ ਰਿਹਾ ਹੈ ਜਿੰਦੇ ਵਿੱਚ ਏਡੇ ਵੱਡੇ ਸਟਾਰ ਖਿਡਾਰੀ ਆ ਰਹੇ ਨੇ ਮੁਹੰਮਦ ਅਰਫਾਨ ਵੀ ਇਹ ਆ ਰਿਹਾ ਤੇ ਉਸ ਤੋਂ ਬਾਅਦ ਜਿਹੜਾ ਟੂਰਨਾਮੈਂਟ ਦੇ ਲੰਮਾ ਬਲੰਬਾ ਵੀਡੀਓ ਅਪਲੋਡ ਹੋਏਗੀ ਦਿਹਾੜੀ ਦੀ ਹੋ ਸਕਦਾ 2 ਜਾਂ 3 ਹੋ ਜਾਂ 4 ਹੋ ਜਾਂ ਠੀਕ ਹੈ ਤੇ ਬੜਾ ਮਜ਼ਾ ਆਏਗਾ ਇਨਸ਼ਾਅੱਲਾ ਤਾਲਾ ਤੁਸੀਂ ਮੇਰੀ ਵੀਡੀਓ ਦਾ ਇੰਤਜ਼ਾਰ ਕਰਿਆ ਜੇ ਅੱਲਾ ਖੈਰ ਕਰੇਗਾ ਮੈਂ ਤੁਹਾਨੂੰ ਵੀਡੀਓ ਬਣਾ ਕੇ ਅਪਲੋਡ ਕਰਦਾ ਰਾਂਗਾ ਔਰ ਫੰਕਸ਼ਨ ਪੂਰਾ ਹੋਏਗਾ ਇਨਸ਼ਾਅੱਲਾ ਤਾਲਾ ਖਾਨ ਦਾ ਵੀ ਖਾਣੇ ਦਾ ਵੀ ਇੰਤਜ਼ਾਮ ਪੂਰਾ ਹੋਏਗਾ ਜਿਹੜੇ ਮੇਰੇ ਵੀਰ ਵੀਡੀਓ ਵੇਖਣਗੇ ਤੇ ਇਨਸ਼ਾਅੱਲਾ ਤਾਲਾ ਇੰਜੋਏ ਕਰਨਗੇ ਤੇ ਮੈਨੂੰ ਅਗਲੇ ਵੀਡੀਓ ਵਾਸਤੇ ਇਜਾਜ਼ਤ ਦਿਓ ਅੱਲਾ